ਬਾਬਾ ਵਿਸ਼ਵਕਰਮਾ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਬੜੇ ਹੀ ਧੂਮਧਾਮ ਨਾਲ ਖੰਨੇ ਵਿੱਚ ਮਨਾਇਆ ਜਾ ਰਿਹਾ। ਪੂਰੇ ਪੰਜਾਬ ਦੇ ਜਿਹੜੇ ਵਿਸ਼ਵਕਰਮਾ ਪੰਥੀ ਲੋਕ ਨੇ ਉਹ ਇਸ ਦਿਹਾੜੇ ਨੂੰ ਇਸ ਤਰ੍ਹਾਂ ਮਨਾਉਂਦੇ ਨੇ ਜਿੱਦਾਂ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਨੇ। ਔਰ ਬਾਬਾ ਵਿਸ਼ਵਕਰਮਾ ਜੀ ਦਾ ਜੋ ਦੇਣ ਹੈ ਸਾਡੇ ਸਮਾਜ ਨੂੰ ਦੁਨੀਆਂ ਨੂੰ ਉਸ ਦੇਣ ਦਾ ਸਦਕਾ ਹੀ ਅੱਜ ਸਭ ਲੋਕ ਜਿਹੜੇ ਕਾਰੋਬਾਰ ਕਰ ਰਹੇ ਨੇ ਔਰ ਜਿਹੜੀ ਮਸ਼ੀਨਰੀ ਦੇ ਦਾਤਾ ਨੇ ਜਿਨ੍ਹਾਂ ਨੇ ਟੂਲਸ ਦਾ ਜਿਨ੍ਹਾਂ ਨੇ ਉਪਜ ਕੀਤੀ ਉਹ ਬਾਬਾ ਵਿਸ਼ਵਕਰਮਾ ਭਗਵਾਨ ਦਾ ਦਿੱਤਾ ਹੀ ਅੱਜ ਸਾਰੀ ਦੁਨੀਆਂ 'ਤੇ ਟੈਕਨੀਕਲ ਕੰਮ ਚੱਲਦਾ। ਉਹਦੇ ਨਾਲ ਹੀ ਸਾਰੇ ਖੇਤੀ ਦੇ ਟੈਕਨੀਕਲ ਕੰਮ ਜਹਾਜ਼ ਜੋ ਕੁਛ ਵੀ ਬਣ ਰਿਹਾ ਬਾਬਾ ਵਿਸ਼ਵਕਰਮਾ ਜੀ ਦੀ ਦੇਣ ਹੈ। ਔਰ ਪੂਰੇ ਪੰਜਾਬ ਦੇ ਦੁਨੀਆਂ ਦੇ ਲੋਕ ਬਿਹਾਰ 'ਚ ਯੂਪੀ 'ਚ ਬਾਬਾ ਵਿਸ਼ਵਕਰਮਾ ਨੂੰ ਇਸ ਤਰ੍ਹਾਂ ਸਮਝਦੇ ਨੇ ਕਿ ਜਿਸ ਤਰ੍ਹਾਂ ਉਹ ਸਾਡਾ ਸਭ ਤੋਂ ਵੱਡੇ ਭਗਵਾਨ ਸਾਡੇ ਬਾਬਾ ਵਿਸ਼ਵਕਰਮਾ ਜੀ ਸਨ। ਔਰ ਉਹਨਾਂ ਦਾ ਇਹ ਦਿਹਾੜਾ ਇਸ ਤਰ੍ਹਾਂ ਹੀ ਬੜੇ ਜ਼ੋਰ ਸ਼ੋਰ ਨਾਲ ਮਨਾਉਣਾ ਚਾਹੀਦਾ। ਖੰਨੇ ਵਾਲਿਆਂ ਨੂੰ ਮੈਂ ਅੱਜ ਇਸ ਤੌਰ ਸਪੈਸ਼ਲ ਤੌਰ 'ਤੇ ਵਧਾਈ ਦਿੰਦਾ ਕਿ ਇਹ ਸਰਦਾਰ ਭੁਪਿੰਦਰ ਸਿੰਘ ਸੋਹੰਦ ਉਹਨਾਂ ਦੇ ਬੱਚੇ ਔਰ ਉਹਨਾਂ ਦਾ ਪਰਿਵਾਰ ਉਹਨਾਂ ਦੀ ਕਮੇਟੀ ਹਰ ਸਾਲ ਹੀ ਬਹੁਤ ਪੈਸੇ ਖਰਚ ਕਰਦੇ ਨੇ ਬਹੁਤ ਵੱਡਾ ਉਪਰਾਲਾ ਕਰਦੇ ਨੇ ਔਰ ਲੋਕਾਂ ਨੂੰ ਇਸ ਬਾਰੇ ਦੱਸਦੇ ਨੇ ਕਿ ਬਾਬਾ ਵਿਸ਼ਵਕਰਮਾ ਭਗਵਾਨ ਦੀ ਇਹੀ ਦੇਣ ਹੈ ਕਿ ਅਸੀਂ ਅੱਜ ਦੁਨੀਆਂ 'ਤੇ ਸਫਲ ਹੋ ਕੇ ਚੱਲ। ਸਭ ਤੋਂ ਪਹਿਲਾਂ ਸਮੂਹ ਸਾਡੇ ਖੰਨਾ ਇਲਾਕਾ ਨਿਵਾਸੀਆਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਦੀਆਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਦੇਖੋ ਸਭ ਤੋਂ ਬੜੀ ਗੱਲ ਇਹ ਹੈ ਕਿ ਸਰਕਾਰਾਂ ਦਾ ਇੰਡਸਟਰੀ ਚਲਾਉਣ ਦੇ ਵਿੱਚ ਜਾਂ ਇੰਡਸਟਰੀ ਨੂੰ ਸਰਵਾਈਵ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਹੁਣ ਤੱਕ ਆਪਾਂ ਦੇਖਿਆ ਕਿ ਤਕਰੀਬਨ 10 ਸਾਲਾਂ ਦੇ ਕਰੀਬ ਅਕਾਲੀ ਦਲ BJP ਦੀ ਸਰਕਾਰ ਸਟੇਟ ਦੇ ਵਿੱਚ ਰਹੀ ਹੈ ਅਤੇ ਇੰਡਸਟਰੀ ਦਾ ਤਾਂ ਇਹ ਹਾਲਾਤ ਉਹਨਾਂ ਨੇ ਕਰਤਾ ਕਿ ਆਪਾਂ ਦੇਖਿਆ ਹੀ ਹੈ ਕਿ ਇੰਡਸਟਰੀ ਕਿਸ ਕਗਾਰ ਤੱਕ ਆਪਣੀ ਨਿਗਾਰ 'ਚ ਚਲੇਗੀ ਹੈ। ਮੰਡੀ ਗੋਬਿੰਦਗੜ੍ਹ ਲਗਾ ਲਓ, ਲੁਧਿਆਣਾ ਲਗਾ ਲਓ, ਅਤੇ ਜੇ ਐਕਸਪੋਰਟ ਹਾਊਸਿਸ ਨੂੰ ਜਾ ਕੇ ਤੁਸੀਂ ਪੁੱਛੋਗੇ ਉਹ ਕਹਿੰਦੇ ਜਿਹੜੀ ਸਾਡਾ ਆਊਟ ਐਕਸਪੋਰਟ ਹੁੰਦਾ ਸੀ ਲੁਧਿਆਣੇ ਦੇ ਵਿੱਚੋਂ ਉਹ ਲਗਭਗ ਸਾਰਾ ਹੀ 20% ਰਹਿ ਚੁੱਕੇ ਹੈ। ਤਾਂ ਜੇਕਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਸਾਡੇ 3 ਸੈਕਟਰ ਜਿਨ੍ਹਾਂ ਦੇ ਉੱਤੇ ਅਸੀਂ ਮੇਜਰ ਫੋਕਸ ਕਰਨਾ, ਪਹਿਲਾ ਸਾਡਾ ਸੈਕਟਰ ਹੈਗਾ ਹੈਲਥ, ਦੂਸਰਾ ਐਜੂਕੇਸ਼ਨ, ਤੀਜੀ ਸਾਡੀ ਇੰਡਸਟਰੀ ਹੈ। ਔਰ ਇੰਡਸਟਰੀ ਲਈ ਅਸੀਂ ਬਿਲਕੁਲ ਜ਼ਾਹਰ ਜੀ ਗੱਲ ਹੈ ਕਿ ਬਹੁਤ ਅੱਛੇ ਔਰ ਬੜੇ ਹੀ ਸ਼ਾਨਦਾਰ ਪੈਕੇਜ ਲੈ ਕੇ ਆਵਾਂਗੇ।